ਵਾਹਿਗੁਰੂ ਜੀ ਕੀ ਫਤਿਹ ਬਹੁਤ ਮੁਬਾਰਕ ਸਮਾ ਕੇ ਪੰਥ ਦੇ ਵਿਦਵਾਨ ਸੱਜਣਾ ਵਿੱਚੋਂ ਸਿੱਖੀ ਸੋਚ ਤੇ ਪੰਥਕ ਪੀੜਾ ਦਾ ਅਹਿਸਾਸ ਕਰਦੇ ਆ ਇਹ ਮਿਲ ਬੈਠਣ ਦਾ ਮੌਕਾ ਤੁਸੀਂ ਬਣਾਇਆ ਅੱਜ ਦਾ ਜੋ ਤੁਸੀਂ ਵਿਸ਼ਾ ਲਿਆ ਹੈ ਅਕਾਲ ਤਖਤ ਸਹਿਬ ਦੀ ਖੁਦਮੁਖਤਿਆਰੀ ਬਹਾਲ ਕਰਨ ਦਾ ਮਸਲਾ ਮੈਂ ਇਸ ਬਕੌਮੈਂਟੀ ਕਰਨੀ ਚਾਹਉਣਾ ਖੁਦਮੁਖਤਿਆਰੀ ਆਪਣੇ ਆਪ ਵਿੱਚ ਤੁਸੀਂ ਇਹਨੂੰ ਸਿਧਾਂਤ ਵੀ ਆਖਿਆ ਸੰਕਲਪ ਆਖਿਆ ਅਕਾਲ ਤਖਤ ਨੂੰ ਸੰਸਤਾ ਵੀ ਆਖਿਆ ਬਹੁਤ ਲਫਜ਼ੇ ਦੇ ਵਾਸਤੇ ਵਰਤੇ ਜਾਂਦੇ ਐ ਲਫਜ਼ਾਂ ਨੂੰ ਸ਼ਬਦੀ ਅਰਥਾਂ ਵਿੱਚ ਨਾ ਲੈ ਕੇ ਜੇ ਉਹਦੇ ਪਿੱਛੇ ਇਹਨਾਂ ਸ਼ਬਦਾਂ ਨੂੰ ਵਰਤਣ ਵਾਲਿਆਂ ਦੀ ਪਾਵਨਾ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਸ਼ਬਦ ਆਪਣੇ ਆਪ ਵਿੱਚ ਉਹ ਅਰਥ ਨਹੀਂ ਰੱਖਦੇ ਜਿਸ ਤਰ੍ਹਾਂ ਦੀ ਗੱਲ ਰਾਹੀ ਹੋਰਾਂ ਨੇ ਇਸ ਤੇ ਪੀਰੀ ਦੇ ਲਫਸ ਦੇ ਸਬੰਧ ਵਿੱਚ ਕੀਤੀ ਇਸ ਤਰ੍ਹਾਂ ਦੀ ਲੋੜ ਹੀ ਨਹੀਂ ਰਹਿ ਜਾਂਦੀ ਖੁਦਮੁਖਤਿਆਰੀ ਦੀ ਗੱਲ ਕਦੋਂ ਸ਼ੁਰੂ ਹੋਈ ਕਿਉਂ ਸ਼ੁਰੂ ਹੋਈ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਦੇਵ ਨੇ ਜਦੋਂ ਸਾਨੂੰ ਇਹ ਸੰਸਥਾ ਦੀ ਬਖਸ਼ਿਸ਼ ਕੀਤੀ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਸੀ ਗੁਰੂਦੇਵ ਦੇ ਤੌਰ ਤੇ ਆਪਣੇ ਦਰ ਤੇ ਆਏ ਹੋਈ ਲੋਕ ਸੁਖਿਆ ਪਰਲੋਕ ਸੁਹੇਲਾ ਕਰਨ ਦੀ ਇੱਛਾ ਵਾਲਿਆਂ ਨੂੰ ਉਹਨਾਂ ਨੇ ਉਹਨਾਂ ਦੀ ਇਸ ਇੱਛਾ ਪੂਰਤੀ ਵਾਸਤੇ ਜਿਹੜੀ ਜੋਤ ਜੁਗਤ ਦਿੱਤੀ ਉਸ ਦੇ ਵਿੱਚ ਇੱਕ ਜਿਹੜੀ ਖੂਬਸੂਰਤੀ ਸੀ ਉਸ ਖੂਬਸੂਰਤੀ ਨੂੰ ਦਰ ਤੇ ਆਉਣ ਵਾਲਿਆਂ ਨੇ ਕਿਵੇਂ ਸਮਝਿਆ 부ਝਿਆ ਤੇ ਫੇਰ ਉਸ ਨੂੰ ਅਮਲ ਵਿੱਚ ਲਿਆ ਕੇ ਕਿਵੇਂ ਹੰਡਾਇਆ ਉਹ ਸਾਡਾ ਇਤਿਹਾਸ ਹੈ ਉਹਦੇ ਵਿੱਚ ਬਹੁਤ ਸਾਰੇ ਉਤਰਾ ਚੜਾਅ ਨੇ ਮੈਂ ਬੇਨਤੀ ਇਹ ਕਰਨੀ ਹੈ ਇਹਨੂੰ ਗੱਲ ਨੂੰ ਥੋੜਾ ਜਿਹਾ ਧਿਆਨ ਚ ਲਿਆਈਏ ਤੁਸੀਂ ਸਾਰੇ ਵਿਦਵਾਨੋ ਕਿ ਕੋਈ ਖੂਬਸੂਰਤ ਖਿਆਲ ਉਸ ਖੂਬਸੂਰਤ ਖਿਆਲ ਦਾ ਮਾਨ ਕਰਨ ਯੋਗ ਇਤਿਹਾਸ ਵਰਤਾਰਾ ਚੱਲਦਾ ਚੱਲਦਾ ਮਸਲਾ ਕਿਵੇਂ ਬਣ ਜਾਂਦਾ ਹੈ ਉਸ ਖਿਆਲ ਦੀ ਉਸ ਸਿਧਾਂਤ ਦੀ ਖੂਬਸੂਰਤੀ ਬਦਸੂਰਤੀ ਵਿੱਚ ਬਦਲ ਕੇ ਮਸਲਾ ਕਿਵੇਂ ਸਮੱਸਿਆ ਕਿਵੇਂ ਬਣ ਜਾਂਦੀ ਹੈ ਇਸ ਨੂੰ ਵੀ ਵਿਚਾਰਨ ਦੀ ਲੋੜ ਹੈ ਅੱਜ ਜਦੋਂ ਅਸੀਂ ਇਸ ਨੂੰ ਮਸਲਾ ਰੂਪ ਵਿੱਚ ਵਿਚਾਰਦੇ ਹਾਂ ਤੇ ਇਹ ਮਸਲਾ ਕਿਵੇਂ ਬਣ ਗਿਆ ਕਿਉਂ ਬਣ ਗਿਆ ਕੌਣ ਜ਼ਿੰਮੇਵਾਰ ਹੈ ਇਹਦੇ ਵਾਸਤੇ ਮੈਂ ਬਹੁਤ ਆਪਣਤ ਨਾਲ ਇਹ ਗੱਲ ਕਹਿਣੀ ਚਾਹਨਾ ਗੁਰਬਾਣੀ ਦੀ ਰੋਸ਼ਨੀ ਵਿੱਚ ਕਿ ਅਸੀਂ ਬਲਵਾਨ ਹਿਰਦਿਆਂ ਨਾਲ ਬਲਵਾਨ ਸੋਚ ਨਾਲ ਇਸ ਗੱਲ ਨੂੰ ਪ੍ਰਵਾਨ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ ਕਿ ਇਹ ਮਸਲਾ ਬਣਾਉਣ ਦੇ ਵਿੱਚ ਜ਼ਿੰਮੇਵਾਰ ਅਸੀਂ ਆਪ ਹੀ ਆ ਦੂਸਰਿਆਂ ਨੂੰ ਅਸੀਂ بار بار ਜਦੋਂ ਉੱਚੀ ਆਵਾਜ਼ ਵਿੱਚ ਸਾਡੇ ਨਾਲ ਫਲਾਣੇ ਨੇ ਜਿਆਸਤੀ ਕੀਤੀ ਹੈ ਸਾਡੇ ਨਾਲ ਫਲਾਣੇ ਨੇ ਧੱਕਾ ਕੀਤਾ ਹੈ ਸਾਡੇ ਨਾਲ ਫਲਾਣੇ ਨੇ ਇਹ ਕਰਕੇ ਸਾਨੂੰ ਇੱਥੇ ਲਿਆ ਕੇ ਖੜਾ ਕਰਤਾ ਮੈਂ ਸਮਝਦਾ ਇਹ ਆਪਣੇ ਆਪ ਵਿੱਚ ਅਸੀਂ ਆਪਣੇ ਆਪ ਨਾਲ ਧੱਕਾ ਕਰ ਰਹੇ ਹਾਂ ਜਿਆਸਤੀ ਕਰ ਰਹੇ ਹਾਂ ਜਾਂ ਮਸਲੇ ਤੋਂ ਭੱਜਣ ਦੀ ਕਮਜ਼ੋਰੀ ਦਿਖਾ ਰਹੇ ਹਾਂ ਜਿਸ ਕਰਕੇ ਇਹ ਮਸਲਾ ਹੋਰ ਗੈਰ ਗੰਭੀਰ ਹੁੰਦਾ ਜਾ ਰਿਹਾ ਹੈ। ਬਜਾਏ ਇਸ ਗੱਲ ਦੇ ਕਿ ਅਸੀਂ ਇਸ ਮਸਲੇ ਦੇ ਹੱਲ ਲਈ ਕਿਸੇ ਨਤੀਜੇ ਤੇ ਪਹੁੰਚ ਸਕੀਏ। ਬਾਰ ਬਾਰ ਗੱਲ ਇੱਥੇ ਆਖੀ ਗਈ ਹੈ ਕਿ ਬੜੇ ਸੈਮੀਨਾਰ ਹੋ ਚੁੱਕੇ ਨੇ। ਹਰਸਿਮਰਨ ਸਿੰਘ ਹੁਰਾ ਨੇ ਹਿਰਖ ਪ੍ਰਗਟ ਕੀਤਾ ਕਿ ਮੈਂ 30-35 ਸਾਲਾਂ ਤੋਂ ਲਗਾਤਾਰ ਕਲਮ ਚਲਾ ਰਿਹਾ ਹਾਂ। ਲਿਖ ਰਿਆ ਅੱਜ ਕਿਤਾਬਾਂ ਵੀ ਉਹਨਾਂ ਨੇ ਦਿੱਤਾ ਪਰ ਕੋਈ ਧਿਆਨ ਨਹੀਂ ਦੇ ਰਿਹਾ ਡਾਕਟਰ ਬਲਕਾਰ ਸਿੰਘ ਹੋਰਾਂ ਨੇ ਬਹੁਤ ਖੂਬਸੂਰਤ ਪੁਸਤਕ ਆਪਣੀ ਉਸ ਸਿੱਖ ਸੋਚ ਵਿੱਚੋਂ ਗੁਰੂ ਨੂੰ ਸਮਰਪਿਤ ਹੋ ਕੇ ਲਿਖੀ ਜਿਹੜੀ ਕਿ ਸਮੇਂ ਦੇ ਹਾਲਾਤਾਂ ਦੇ ਇਸ ਮਸਲੇ ਵਾਲੇ ਸਮੱਸਿਆਵਾਂ ਵਾਲੇ ਵਰਤਾਰੇ ਵਿੱਚ ਉਹਨਾਂ ਨੂੰ ਸਮਝਾਈ ਸ੍ਰੀ ਅਕਾਲ ਤਖਤ ਸਾਹਿਬ ਜੋਤ ਤੇ ਜੁਗਤ ਇਸੇ ਤਰ੍ਹਾਂ ਪੰਜਾਂ ਤਖਤਾਂ ਤੇ ਕਿਤਾਬ ਖੋਰ ਬਹੁਤ ਸਾਰੀ ਸੱਜਣਾ ਨੇ ਕਲਮ ਚਲਾਈ بڑے ਪੇਪਰ ਲਿਖੇ ਗਏ ਹੈ ਹੁਣ ਵੀ ਅੱਜ ਪੇਪਰ ਲਿਖ ਕੇ ਆਏ ਗਏ ਠੀਕ ਹੈ ਮੁਬਾਰਕ ਹੈ ਕਲਮ ਚੱਲ ਰਹੀ ਹੈ ਮੈਂ ਤੇ ਇੰਟਰਫੇਥ ਕਾਨਫਰੰਸਸ ਵਿੱਚ ਵੀ ਇਹ ਗੱਲ ਬਾਰ ਬਾਰ ਆਖਦਾ ਉਥੋਂ ਦੇ ਆਖਦਾ ਰਿਹਾ ਵਿਦਵਾਨ ਇਕੱਠੇ ਹੁੰਦੇ ਨੇ ਧਾਰਮਿਕ ਸ਼ਖਸੀ ਤਾਂ ਇਕੱਠੀਆਂ ਹੁੰਦੀਆਂ ਨੇ ਬੜੀ ਸੋਚੀ ਜੀ ਪਾਵਨਾ ਨਾਲ ਮਿਲ ਬੈਠਦੇ ਨੇ ਡੈਕਲੇਰੇਸ਼ਨ ਬਣ ਜਾਂਦੇ ਨੇ ਮਤੇ ਪਾਸ ਹੋ ਜਾਂਦੇ ਨੇ ਪਰ ਉਹ ਸਾਰੇ ਮਤੇ ਉਹ ਬਣਾਏ ਹੋਏ ਐਲਾਨ ਨਾਮੇ ਨਰਾਰਥਕ ਹੋ ਕੇ ਰਹਿ ਜਾਂਦੇ ਨੇ ਜਾਂ ਸਮੇਂ ਦੀ ਉਸ ਧੂੜ ਦੇ ਵਿੱਚ ਦੱਬੇ ਜਾਂਦੇ ਐ ਜਦੋਂ ਅਸੀਂ ਸਮੇਂ ਦੀਆਂ ਰਾਜਸੀ ਤਾਕਤਾਂ ਜਿਨ੍ਹਾਂ ਕੋਲ ਕਲਮ ਦੀ ਤਾਕਤ ਹੈ ਉਹਨਾਂ ਨੂੰ ਆਪਣੇ ਤਰੀਕੇ ਨਾਲ ਆਪਣੀ ਕਲਮ ਚਲਾ ਕੇ ਆਪਣੀ ਤਾਕਤ ਦਾ ਪ੍ਰਗਟਾਵਾ ਕਰਦੇ ਦੇਖਦੇ ਆ ਤੇ ਫਿਰ ਉਹ ਗੱਲ ਜਿਹੜੀ ਹੈ ਜ਼ਿੰਮੇਵਾਰੀਆਂ ਆਇਦ ਕਰਕੇ ਆਪਣੀ ਇਸ ਰਾਜਸੀ ਤਾਕਤ ਦੇ ਸਨਮੁਖ ਆਪਣੀ ਕਮਜ਼ੋਰੀ ਨੂੰ ਬਰਾਬਰ ਦੀ ਤਾਕਤ ਕਿਵੇਂ ਬਣਾ ਕੇ ਆਪਣੇ ਐਲਾਨਨਾਮਿਆਂ ਨੂੰ ਆਪਣੇ ਡੈਕਲੇਰੇਸ਼ਨਸ ਨੂੰ ਮਤੇਆਂ ਨੂੰ ਅਸੀਂ ਕੋਈ ਅਮਲੀ ਰੂਪ ਦੇ ਸਕਦੇ ਹਾਂ ਉਹਦੇ ਬਾਰੇ ਕੀ ਕਰਨਾ ਨਹੀਂ ਤੇ ਫਿਰ ਕਰੋੜਾਂ ਰੁਪਏ ਖਰਚ ਕੇ ਮੈਂ ਦੇਖਿਆ ਡਾਕਟਰ ਕੇਸ਼ ਸਿੰਘ ਹੋਰੀ ਮੇਰੇ ਨਾਲ ਜਾਂਦੇ ਰਹੇ ਨੇ ਕਰੋੜਾਂ ਰੁਪਏ ਖਰਚ ਕੇ ਵਿਸ਼ਵ ਸਿੱਖ ਸਮੇਲਨ ਵਾਹਿਗੁਰੂ ਵਿਸ਼ਵ ਧਰਮ ਸੰਮੇਲਨ ਹੁੰਦੇ ਰਹੇ ਹੋਰ ਹੁੰਦੇ ਰਹੇ ਨੇ ਫਾਈਵ ਸਟਾਰ ਹੋਟਲਾਂ 'ਚ ਬੈਠ ਕੇ ਸਭ ਕੁਝ ਕਰ ਕਰਾ ਕੇ ਅਸੀਂ ਆਉਂਦੇ ਰਹੇ ਹਾਂ ਹੁਣ ਵੀ ਚੱਲ ਰਿਹਾ ਹੈ ਆਪਾਂ ਆਪਣੇ ਸਿੱਖ ਕਹਣ ਵਾਲਿਆਂ ਵਿੱਚ ਵੀ ਬਾਰ ਬਾਰ ਸੰਮੇਲਨ ਕਰਦੇ ਆਂ ਬਾਰ ਬਾਰ ਸੈਮੀਨਾਰ ਕਰਦੇ ਆਂ ਬਾਰ ਬਾਰ ਆ ਕੇ ਮਿਲ ਬੈਠਦੇ ਆਂ ਇਹ ਗੱਲ ਇੱਥੇ ਬਾਰ-ਬਾਰ ਆਖੀ ਗਈ ਕਿ ਸੈਮੀਨਾਰਾਂ ਤੋਂ ਬਾਅਦ ਅਮਲ ਦੀ ਗੱਲ ਸ਼ੁਰੂ ਕੀ ਗੁਰਮੁਖ ਪਿਆਰਿਆਂ ਨੇ ਗੱਲ ਕੀਤੀ ਸੀ ਭਈ ਹੁਣ ਇਸ ਸੈਮੀਨਾਰਾਂ ਦੇ ਵਿਚਾਰਾਂ ਦੇ ਆਦਾਨ-ਪ੍ਰਦਾਨ ਤੋਂ ਅੱਗੇ ਅਮਲੀ ਰੂਪ ਵਿੱਚ ਕਿੱਥੇ ਜਾਣਾ ਹੈ ਕਿਵੇਂ ਜਾਣਾ ਹੈ ਕਿਨੇ ਜਾਣਾ ਹੈ ਇਹਨੂੰ ਕੌਣ ਵਿਚਾਰੇਗਾ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਹੋਰਿੰਗ ਗੱਲ ਕਹਿ ਕੇ ਗਏ ਡਾਕਟਰ ਬਲਕਾ ਆਪਣਾ ਕੇਰ ਸਿੰਘ ਹੋਰਾਂ ਨੇ ਗੱਲ ਕੀਤੀ ਸ਼੍ਰੋਮਣੀ ਕਮੇਟੀ ਦੀ ਗੱਲ ਅਸੀਂ ਬਾਰ-ਬਾਰ ਕਰਦੇ ਆਂ ਐਕਟ ਦੀ ਗੱਲ ਬਾਰ-ਬਾਰ ਕਰਦੇ ਆਂ ਉਹ ਭਾਈ ਜਿਹੜੀ ਗੱਲ ਅੱਜ ਸਾਡੇ ਲਈ ਬਦਲਣੀ ਸੰਭਵ ਨਹੀਂ ਹੈ ਉਸ ਦੇ ਉੱਤੇ ਬਾਰ-ਬਾਰ ਬਾਰ-ਬਾਰ ਉਟੰਕਣ ਲਾ ਕੇ ਪ੍ਰਸ਼ਨ ਚ ਨਾ ਲਾ ਕੇ ਕੀ ਕਰਨਾ ਚਾਹੁੰਨੇ ਆ ਕੀ ਕਹਿਣਾ ਚਾਹੁੰਨੇ ਆ ਅਸੀਂ ਜਿਨ੍ਹਾਂ ਦੇ ਹੱਥਾਂ ਵਿੱਚ ਸ਼੍ਰੋਮਣੀ ਕਮੇਟੀ ਦੀ ਤਾਕਤ ਹੈ ਜਿਨ੍ਹਾਂ ਨੇ ਐਕਟ ਬਣਾਤਾ ਤੇ ਉਸ ਐਕਟੀਵਿਟੀ ਸੋਧ ਸੁਧਾਈ ਦੀ ਗੱਲ ਜਿਹੜੀ ਕੋਈ ਹੈ ਉਹ ਜਿਨ੍ਹਾਂ ਦੇ ਕੋਲ ਅੱਜ ਤਾਕਤ ਹੈ ਜੇ ਉਹ ਟੱਸ ਤੋਂ ਮੱਸ ਨਹੀਂ ਹੋ ਰਏ ਤੇ ਤੁਸੀਂ ਬਾਰ ਬਾਰ ਬੇਚੈਨ ਹੋ ਕੇ ਆਪਣੀਆਂ ਇਹ ਗੱਲਾਂ ਕਰੀ ਜਾਓਗੇ ਤੇ ਕੀ ਲਭ ਹੋਏਗਾ ਇਹਦੇ ਵਿੱਚੋਂ ਡਾਕਟਰ ਕਿਰ ਸਿੰਘ ਹੋਰੀ ਜੜੀ ਗੱਲ ਕਹਿ ਰਹੇ ਭਈ ਜੋ ਕੁਝ ਅੱਜ ਸਾਡੇ ਸਾਹਮਣੇ ਪਿਆ ਹੈ ਇਹਦੇ ਵਿੱਚੋਂ ਕੀ ਸੰਭਾਵਨਾਵਾਂ ਪੈਦਾ ਹੋ ਰਹੀਆਂ ਹੋ ਸਕਦੀਆਂ ਨੇ ਉਨਾ ਸੰਭਾਵਨਾਵਾਂ ਦੀ ਕੋਈ ਨਿਸ਼ਾਨਦੇਹੀ ਹੋ ਸਕਦੀ ਹੈ ਉਥੋਂ ਤੋਂ ਸ਼ੁਰੂ ਕਰ ਲਈਏ ਕੱਲ ਨੂੰ ਐਕਟ ਦੇ ਸਬੰਧ ਵਿੱਚ ਕੋਈ ਸੋਧ ਸੁਧਾਈ ਹੁੰਦੀ ਹੈ ਤੇ ਮੁਬਾਰਕ ਹੈ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਸਿੱਖਾਂ ਨੇ ਪ੍ਰਵਾਨ ਕੀਤੀ ਹੋਈ ਆਪਣੀ ਇੱਕ ਪ੍ਰਤੀਨਿਧ ਧਾਰਮਿਕ ਤੇ ਆਪਣੇ ਪ੍ਰਬੰਧਕੀ ਸੰਸਥਾ ਹੈ ਉਸ ਨੂੰ ਪ੍ਰਵਾਨਨ ਕਰ ਲਿਆ ਅੱਜ ਸਾਰੀ ਦੁਨੀਆ ਵਿੱਚ ਬੈਠਾ ਹੋਇਆ ਸਿੱਖ ਜਿਹੜਾ ਆਪਣੀਆਂ ਸਮੱਸਿਆਵਾਂ ਲਈ ਸ਼੍ਰੋਮਣੀ ਕਮੇਟੀ ਵੱਲ ਦੇਖਦਾ ਹੈ ਪ੍ਰਸ਼ਨ ਚਿੰਨ ਲਾਉਣ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਵੱਲ ਦੇਖਦਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਅਕਾਲ ਤਖਤ ਸਾਹਿਬ ਵੱਲ ਦੇਖਦਾ ਹੈ ਨਾਲ-ਨਾਲ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਪ੍ਰਸ਼ਨ ਚਿੰਨ ਲਾਉਣੇ ਆ ਨਾਲ-ਨਾਲ ਅਸੀਂ ਉਹਨਾਂ ਕੋਲੋਂ ਫੈਸਲੇ ਵੀ ਲੈਣਾ ਚਾਹੁੰਦੇ ਆ ਕਿਉਂਕਿ ਉਹ ਥੋਪੇ ਦਾ ਸਾਡੇ ਕੋਲ ਕੋਈ ਹੋਰ ਥਾਂ ਨਹੀਂ ਹੈ ਜਿੱਥੇ ਅਸੀਂ ਆਪਣੇ ਮਸਲਿਆਂ ਦੇ ਬਾਰੇ ਵਿਚਾਰ ਵਟਾਂਦਰਾ ਕਰ ਸਕੀਏ ਗੁਰਮੁਖ ਪਿਆਰਿਓ ਮੇਰੀ ਤੁਛ ਜੀ ਸਮਝ ਮੁਤਾਬਕ ਜਿਨਹਨਕ ਸੇਵਾ ਗੁਰੂ ਸਾਹਿਬ ਨੇ 13 ਕ ਸਾਲ ਇਹ ਸਮੇਂ ਦੌਰਾਨ ਤਖਤਾਂ ਦੀ ਝਾੜੂ ਬਰਦਾਰੀ ਦੀ ਗੁਰਪੰਥ ਦੀ ਝਾੜੂ ਬਰਦਾਰੀ ਦੀ ਲਈ ਹੈ ਉਹਦੇ ਵਿੱਚ ਜਿੰਨੇ ਉਤਰਾ ਚੜਾ ਮੈਂ ਦੇਖੀ ਹੈ ਰਾਜਨੀਤਿਕਾਂ ਨੂੰ ਨੇੜੇ ਹੋ ਕੇ ਦੇਖ ਲਿਆ ਧਾਰਮਿਕ ਕਹਣ ਵਾਲੇ ਸੱਜਣਾ ਨੂੰ ਸੰਸਥਾਵਾਂ ਨੂੰ ਡੇਰਿਆਂ ਨੂੰ ਦੇਖ ਲਿਆ ਬਹੁਤ ਨੇੜੇ ਹੋ ਕੇ ਦੇਖ ਲਿਆ ਮੈਂ ਇੱਕ ਬੇਨਤੀ ਕਰਦਾ ਕਿ ਜਿਸ ਦਿਨ ਅਸੀਂ ਇੱਕ ਦੂਜੇ ਤੇ ਭਰੋਸਾ ਕਰਕੇ ਇੱਕ ਦੂਜੇ ਨੂੰ ਬਣਦਾ ਮਾਣ ਸਤਿਕਾਰ ਦੇ ਕੇ ਇਕੱਠੇ ਹੋ ਕੇ ਸਾਂਝ ਕਰੀ ਜੇ ਗੁਣਹ ਕੇਰੀ ਛੋੜ ਅਵਗਣ ਚੱਲੀ ਹੈ ਦੀ ਗੁਰੂ ਸੋਚ ਨੂੰ ਲੈ ਕੇ ਤੁਰਾਂਗੇ ਕੰਮ ਕਰਨ ਦੇ ਵਿੱਚ ਊਨਤਾਈਆਂ ਰਹਿਣਗੀਆਂ ਜਿਹੜੇ ਚੰਗੇ ਕੰਮ ਹੋਣਗੇ ਉਹਦੇ ਵਿੱਚ ਈਰਖਾਵਾ ਈਰਖਾ ਪੈਦਾ ਹੋਵੇਗੀ ਜਿਹੜੇ ਕੰਮ ਹੋਣਗੇ ਉਹਦੇ ਬਾਰੇ ਗਲਤ ਫਹਿਮੀਆਂ ਪੈਦਾ ਹੋਣਗੀਆਂ ਜਿਹੜੇ ਕੰਮ ਚੰਗੇ ਹੋਣਗੇ ਦੂਰ ਰਸੀ ਚੰਗੇ ਨਤੀਜਿਆਂ ਵਾਲੇ ਮਾਣ ਕਰਨ ਯੋਗ ਹੋਣਗੇ ਦੁਖੀ ਤੱਕ ਤਾਂ ਉਸ ਦੇ ਵਿੱਚ ਰੁਕਟਾ ਰੁਕਾਵਟਾਂ ਖੜੀਆਂ ਕਰਨ ਦੇ ਲਈ ਯਤਨਸ਼ੀਲ ਹੋਣਗੀਆਂ ਸਰਗਰਮ ਹੋਣਗੀਆਂ ਜਿੰਨਾ ਚੰਗਾ ਕੰਮ ਹੋਵੇਗਾ ਜਿੰਨਾ ਮਾਣ ਮੱਤੇ ਨਤੀਜਿਆਂ ਵਾਲਾ ਕੰਮ ਹੋਵੇਗਾ ਉਸ ਨੂੰ ਛੁਟਿਆਉਣ ਵਾਸਤੇ ਉਹਦੇ ਵਿੱਚ ਮਿਲਗੋਬਾਪਨ ਪੈਦਾ ਕਰਨ ਵਾਸਤੇ ਦੁਖੀ ਤਾਕ ਤਾਂ ਯਤਨਸ਼ੀਲ ਹੋਣ ਗਿਆ ਇਸ ਸੋਚ ਨੂੰ ਤੁਸੀਂ ਨਹੀਂ ਨਕਾਰ ਸਕਦੇ ਇਹਨੂੰ ਪ੍ਰਵਾਨ ਕਰਕੇ ਅੱਗੇ ਚੱਲਣਾ ਪਵੇਗਾ ਅੱਜ ਬਹੁਤ ਸਾਰੇ ਪ੍ਰਸ਼ਨ ਚਿੰਨ ਉੱਠ ਰਹੇ ਨੇ ਜਾਂ ਨਵੀਆਂ ਸੰਸਥਾਵਾਂ ਉੱਠ ਰਹੀਆਂ ਨਵੇਂ ਬੰਦੇ ਉੱਠ ਰਹੇ ਮੈਂ ਉਹਦੇ ਵਿਸਥਾਰ ਚ ਨਹੀਂ ਜਾਣਾ ਸਮਝਦੀ ਵੀ ਸੀਮਾ ਮੈਂ ਇਹ ਸੋਚ ਨੂੰ ਹੰਡਾ ਚੁੱਕਿਆ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਦੀ ਮਤ ਅਨੁਸਾਰ ਕੋਈ ਵੀ ਸੇਵਾਦਾਰ ਹੈ ਉਥੇ ਉਹਦੇ ਵਿੱਚ ਊਣਤਾਈਆਂ ਹੋਣਗੀਆਂ ਉਹਦੇ ਵਿੱਚ ਸੀਮਤ ਸੋਚ ਵਾਲਾ ਸੱਚ ਹੋਵੇਗਾ ਪਰ ਜੇ ਉਸ ਨੂੰ ਤੁਸੀਂ ਸਾਰੇ ਵਿਦਵਾਨ ਸੱਜਣ ਪੰਥ ਦਾ ਦਰਦ ਰੱਖਣ ਵਾਲੇ ਸੱਜਣ बार-बार ਬਿਆਨਬਾਜ਼ੀਆਂ ਤੋਂ ਬਿਨਾ ਕੋਲ ਜਾ ਜਾ ਕੇ ਉਹਨਾਂ ਨੂੰ ਕੋਲ ਬਲਾ ਬਲਾ ਕੇ ਝੰਜੋੜਦੇ ਰਹੋਗੇ ਉਹਨੂੰ ਸੁਚੇਤ ਕਰਦੇ ਰਹੋਗੇ ਕੁਝ ਨਾ ਕੁਝ ਚੰਗਾ ਵੀ ਹੁੰਦਾ ਰਹੇਗਾ ਦੁਖੀ ਤਾਕਤਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਵੀ ਕੋਈ ਚੰਗਾ ਕੰਮ ਹੋ ਸਕੇਗਾ ਜਿਸ ਨੂੰ ਤੁਸੀਂ ਯਾਦਗਾਰੀ ਬਣਾਉਣ ਦੇ ਲਈ ਹਿੱਸੇਦਾਰ ਬਣ ਸਕਦੇ ਹੋ ਇਹ ਮਸਲਾ ਬਣਾਉਣ ਵਿੱਚ ਖੁਦਮੁਖਤਿਆਰੀ ਨੂੰ ਕੋਈ ਜ਼ਿੰਮੇਵਾਰ ਨਹੀਂ ਅਸੀਂ ਆਪ ਜ਼ਿੰਮੇਵਾਰਾਂ ਮੈਂ ਮੈਨੂੰ ਇਹਦੇ ਬਾਰੇ ਕੋਈ ਭਰਮਪੂਰਵ ਲਿਖਾ ਨਹੀਂ ਹੈ ਕਿਉਂਕਿ ਇਸ ਸੰਤਾਪ ਨੂੰ ਮੈਂ ਹੰਡਾ ਚੁੱਕਿਆ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ ਸ੍ਰੀ ਅਕਾਲ ਤਖਤ ਸਾਹਿਬ ਜਿੱਦਾਂ ਇੱਥੇ ਜ਼ਿਕਰ ਕਰ ਰਹੇ ਸੀਗੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਕੇਂਦਰ ਬਿੰਦੂ ਨੇ ਸਾਡੀ ਸਿੱਖ ਜੀਵਨ ਯੋਗਤ ਦੇ ਉਸ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਹੋਈ ਹੋਈ ਜੀਵਨ ਯੋਗਤ ਨੂੰ ਪ੍ਰਚਾਰ ਨੂੰ ਪ੍ਰਸਾਰਨ ਦੇ ਵਿੱਚ ਸਾਡੇ ਕੋਲ ਕੇਂਦਰ ਬਿੰਦੂ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਚਾਰ ਤਖਤ ਉਹ ਚਾਰ ਤਖਤ ਵੀ ਸਾਡੇ ਵਿੱਚ ਸ਼ਾਮਲ ਨੇ ਇਸੇ ਕਰਕੇ ਜਿਹੜੀ ਸਾਡੀ ਅਰਦਾਸ ਹੈ ਉਸ ਦੇ ਵਿੱਚ ਅਕਾਲ ਤਖਸੈਬ ਦਾ ਕੱਲਾ ਜ਼ਿਕਰ ਨਹੀਂ ਹੈ ਅਸੀਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਦੇ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਆਖਦਿਆਂ ਸ੍ਰੀ ਅਕਾਲ ਤਖਸੈਬ ਦਾ ਕੱਲਾ ਨਹੀਂ ਇਸ ਨੂੰ ਥੋੜਾ ਜਿਹਾ ਹੋਰ ਸੋਚਣ ਦੀ ਦੋ ਵਿਸਥਾਰਨ ਦੀ ਲੋੜ ਹੈ ਵਿਦਵਾਨਾਂ ਦੇ ਪੱਧਰ ਤੇ ਅੱਜ ਇਹ ਵੀ ਆਪਣੇ ਆਪ ਚ ਮਸਲਾ ਬਣਿਆ ਹੋਇਆ ਅਕਾਲ ਤਖਸੈਬ ਕੀ ਕਰੇ ਜਦੋਂ ਦੋ ਤਖਤ ਜਿਹੜੇ ਨੇ ਉਹ ਵੱਖਰੇ ਤਰੀਕੇ ਦੀਆਂ ਸੋਚਾਂ ਲੈ ਕੇ ਮਰਿਆਦਾਵਾਂ ਲੈ ਕੇ ਚਤੁਰੇ ਹੋਏ ਨੇ ਤੇ ਇੱਕ ਬਰਾਬਰ ਦਾ ਅਜੀਬ ਕਿਸਮ ਦਾ ਸ਼ਰੀਕਾ ਖੜਾ ਹੋਇਆ ਹੋਇਆ ਪਰ ਉਹਨਾਂ ਤਖਤਾਂ ਵੱਲ ਅਸੀਂ ਪਿੱਠ ਵੀ ਨਹੀਂ ਕਰ ਸਕਦੇ ਪਰ ਉਹਨਾਂ ਤਖਤਾਂ ਤੇ ਚੱਲ ਰਿਹਾ ਹੈ ਵਰਤਾਰੇ ਤੋਂ ਅਸੀਂ ਸੰਤੁਸ਼ਟ ਵੀ ਨਹੀਂ ਹਾਂ ਉਹ ਆਕਾਲ ਤਖਤ ਸਾਹਿਬ ਤੋਂ ਤੇ ਉਸ ਤੋਂ ਜਿਹੜਾ ਇੱਕ ਨਵੇਂ ਕਿਸਮ ਦਾ ਮਸਲਾ ਖੜਾ ਹੋਇਆ ਉਹਨੂੰ ਕੌਣ ਵਿਚਾਰੇਗਾ ਕੀ ਉਹ ਮਸਲਾ ਮਸਲਾ ਨਹੀਂ ਹੈ ਕਿ ਉਸ ਮਸਲੇ ਨਾਲ ਆ ਜਿਹੜਾ ਖੁਦਮੁਖਤਾਰੀ ਦਾ ਮਸਲਾ ਹੈ ਜੇ ਪੰਜ ਤਖਤ ਹੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਾਰੀ ਨੂੰ ਉਸ ਰੂਪ ਦੇ ਵਿੱਚ ਲੈਣ ਨੂੰ ਤਿਆਰ ਨਹੀਂ ਹਨ ਜਾਂ ਨਹੀਂ ਇਸ ਚੀਜ਼ ਸਾਡੇ ਸਾਹਮਣੇ ਆ ਰਹੀ ਕਿ ਇਹ ਮਸਲਾ ਨਹੀਂ ਹੈ ਆਪਣੇ ਆਪ ਦੇ ਵਿੱਚ ਸ਼ੋਮਣੀ ਕਮੇਟੀ ਨੂੰ ਜਾਂ ਅਸੀਂ ਰਾਜਸੀ ਬੰਦਿਆਂ ਨੂੰ ਇਸ ਤਰੀਕੇ ਨਾਲ ਕਰਦੇ ਹਾਂ ਕਿ ਇਹ ਫਲਾਣਾ ਬੰਦਾ ਫਲਾਣੀ ਰਾਜਸੀ ਤਾਕਤ ਜਾਂ ਐ ਫਲਾਣੇ ਬੰਦੇ ਅਸੀਂ ਉਹਨਾਂ ਦੇ ਉੱਤੇ ਪ੍ਰਸ਼ਨ ਚ ਨਿਲਾ ਕੇ ਤੇ ਕਟੈਰੀ ਚ ਖੜਾ ਕਰਦੇ ਆ ਇਹ ਜਿਹੜੀਆਂ ਤਖਤਾਂ ਨੂੰ ਹੀ ਆਪਸ ਵਿੱਚ ਵੰਡ ਕੇ ਅਸੀਂ ਮਸਲਾ ਬਣਾਤਾ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ ਕਦੋਂ ਇਹ ਹੋ ਗਿਆ ਕਿਵੇਂ ਹੋ ਗਿਆ ਕਿਉਂ ਹੋ ਗਿਆ ਤੇ ਕਿਸ ਤਰੀਕੇ ਨਾਲ ਇਹ ਨਿਪਟੇਗਾ ਇਹ ਪ੍ਰਸ਼ਨ ਪ੍ਰਸ਼ਨ ਨਹੀਂ ਹੈਗੇ ਇਹ ਮਸਲਾ ਮਸਲਾ ਨਹੀਂ ਹੈਗਾ ਇਹ ਸਾਰੇ ਕੁਝ ਨੂੰ ਅਖੀਰ ਤੇ ਗੱਲ ਇੰਨੀ ਕਹਿ ਕੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਰਹਿਣ ਦਈਏ ਪਾਰਸ਼ੋਮਣਿਕ ਮਿੱਟੀ ਸਮੁੱਚੇ ਸੰਸਾਰ ਦੇ ਸਿੱਖਾਂ ਦੀ ਉਸ ਤਰੀਕੇ ਨਾਲ ਪ੍ਰਤੀਨਿਧਤਾ ਨਹੀਂ ਕਰਦੀ ਕਿਉਂਕਿ ਉਹਦੀਆਂ ਸੰਵਿਧਾਨਕ ਸੀਮਾਵਾਂ ਨੇ ਪਰ ਇਹਦੇ ਨਾਲ-ਨਾਲ ਜੇ ਇੱਕ ਪੂਰਕ ਸੰਸਥਾ ਅੰਤਰਰਾਸ਼ਟਰੀ ਪੱਧਰ ਦੀ ਜਿਹੜੀ ਸਮੁੱਚੀ ਸਿੱਖ ਮਾਨਸਿਕਤਾ ਨੂੰ ਉੱਥੋਂ ਦੇ ਸਥਾਨਕ ਹਾਲਾਤਾਂ ਦੇ ਮੁਤਾਬਕ ਜਿਹੜੇ ਉੱਥੇ ਪੈਦਾ ਹੁੰਦੇ ਮਸਲੇ ਨੇ ਉਹਨਾਂ ਨੂੰ ਵਿਚਾਰ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਣੀ ਕਮੇਟੀ ਦੇ ਪੂਰਕ ਬਣ ਕੇ ਉੱਥੇ ਇਹ ਪੇਸ਼ ਕਰੇ ਤੇ ਅਕਾਲ ਤਖਤ ਸਾਹਿਬ ਤੋਂ ਉਹਨਾਂ ਸਮੁੱਚੇ ਸੰਸਾਰ ਵਿੱਚ ਵਸਦੇ ਸਿੱਖਾਂ ਦੀ ਤਰਜਮਾਨੀ ਕਰਨ ਵਾਲਾ ਇੱਕ ਅਹੋਜਿਆ ਵਿਧੀ ਵਿਧਾਨ ਬਣ ਜਾਏ ਜਿੱਥੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਵੀ ਤੇ ਚਾਰੇ ਜਥੇ ਜਥੇ ਤਖਤਾਂ ਦੇ ਜਥੇਦਾਰ ਸਹਿਬਾਨ ਜਦੋਂ ਮਿਲ ਕੇ ਬੈਠਣ ਉਹਨਾਂ ਕੋਲ ਵੀ ਉਨ੍ਹਾਂ ਵੱਲ ਪਿੱਠ ਕਰਨ ਦੀ ਕੋਈ ਗੁੰਜਾਇਸ਼ ਨਾ ਰਹਿ ਜਾਏ ਉਹ ਪੰਜੇ ਦੇ ਪੰਦੇ ਪੰਜੇ ਜਿਹੜੇ ਨੇ ਉਹ ਇਸ ਤਰਜਮਾਨੀ ਦੀ ਸੋਚ ਤੋਂ ਭਾਵਨਾ ਤੋਂ ਲੰਬੇ ਨਾ ਹੋ ਸਕਣ ਇਸ ਗੱਲ ਲਈ ਕੋਈ ਵਿਧੀ ਵਿਵਧਾਨ ਸਮੁੱਚੇ ਸੰਸਾਰ ਦੇ ਵਿੱਚ ਵੱਸਦੇ ਸਿੱਖਾਂ ਦੀ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਨ ਵਾਲਾ ਉਹਨੂੰ ਕੋਈ ਨਾਮ ਦੇ ਲੋ ਬੈਨਰ ਕੋਈ ਦੇ ਲੋ ਮੈਂ ਉਸ ਚੱਕਰ 'ਚ ਨਹੀਂ ਪੈਂਦਾ ਪਰ ਮੈਂ ਇਸ ਗੱਲ ਲਈ ਜ਼ਰੂਰ ਅੱਜ ਬੇਚੈਨ ਹਾਂ ਨਿਰਾਸ਼ ਹੋਣ ਦੀ ਸਿੱਖ ਨੂੰ ਆਗਿਆ ਨਹੀਂ ਹੈ ਉਦਾਸੀ ਆ ਜਾਂਦੀ ਵਰਤਾਰੇ ਕਰਕੇ ਨਿਰਾਸ਼ਾ ਦੀ ਸਾਨੂੰ ਆਗਿਆ ਨਹੀਂ ਅੱਜ ਵੱਡੇ ਵੱਡੇ ਬੈਨਰ ਸਾਰਿਆਂ ਨੇ ਬਣਾਏ ਹੋਏ ਕੋਈ ਵਿਸ਼ਵ ਸਿੱਖ ਕਾਉਂਸਲ ਕੋਈ ਵਿਸ਼ਵ ਸਿੱਖ ਆਰਗੇਨਾਈਜ਼ਰ ਨਾਈਜ਼ੇਸ਼ਨ ਕੋ ਇਸ ਤਰ੍ਹਾਂ ਦੇ ਵਿਸ਼ਵ ਪਧਰੀ ਬੈਨਰ ਤੇ ਬਣੇ ਪਰ ਉਹ ਸਾਰੇ ਵਿਸ਼ਵ ਪਧਰੀ ਬੈਨਰ ਜਿਹੜੇ ਨੇ ਉਹ ਕੁਝ ਬੰਦਿਆਂ ਤੱਕ ਸੀਮਤ ਨੇ ਮਿਲ ਬੈਠਣ ਦਾ ਜਿਹੜਾ ਉਦਮ ਉਪਰਾਲਾ ਇੱਕ ਦੂਜੇ ਨੂੰ ਨਿਮਰਤਾ ਨਾਲ ਆਪਣੀ ਗੱਲ ਕਹਿ ਕੇ ਦੂਜੇ ਦੀ ਗੱਲ ਸਤਕਾਰ ਨਾਲ ਸੁਣ ਕੇ ਬਣਦਾ ਮਾਨ ਤਣ ਦੇ ਕੇ ਉਸ ਨੂੰ ਪੰਥਕ ਸੋਚ ਵਾਲਾ ਬਣਾਉਣਾ ਇਸ ਦੀ ਅੱਜ ਘਾਟ ਹੈ ਇਸੇ ਕਰਕੇ ਇਹ ਮਸਲਾ ਬਣਿਆ ਹੋਇਆ ਹੈ ਖੂਬਸੂਰਤ ਗੱਲਾਂ ਬਦਸੂਰਤ ਉਦੋਂ ਬਣ ਜਾਂਦੀਆਂ ਨੇ ਜਦੋਂ ਆਪਣੀ ਛੋਟੀ ਜਈ ਹਮੇਨੋ ਵਿੱਚ ਲੈ ਕੇ ਅਸੀਂ ਗੁਰੂ ਸੋਚ ਵੱਲ ਪਿੱਠ ਕਰਕੇ ਅਨਰੰਗੇ ਮਨਾਵਲੇ ਇਕੱਠ ਬਣਾ ਕੇ ਤੇ ਉਹਦੇ ਵਿੱਚੋਂ ਅਸੀਂ ਪੰਥਕ ਖੂਬਸੂਰਤੀ ਕੱਢਣ ਦੀ ਗੱਲ ਕਰਦੇ ਆ ਸੰਭਵ ਨਹੀਂ ਹੁੰਦਾ ਹੁੰਦਾ ਲੋੜਾ ਦਾਖ ਬਿਜੌਰੀਆਂ ਕਿ ਕਰਬੀ ਜੈ ਜੱਟ ਇਹ ਗੱਲ ਜਿਹੜੀ ਸਾਨੂੰ ਸਮਝ ਆ ਜਾਣੀ ਚਾਹੀਦੀ ਭੋਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ